ਹੁਣ ਬੁਲਟ ਮੋਟਰਸਾਈਕਲ ਦੇ ਲੋਕ ਵੀ ਨਹੀਂ ਸੇਫ। ਆ ਦੇਖੋ, ਚੋਰਾਂ ਨੇ ਹੱਥਾਂ ਨਾਲ ਹੀ ਤੋੜਤਾ ਲੋਕ, ਫਿਰ ਦੂਸਰੇ ਬਾਈਕ ਤੇ ਪੈਰ ਲਾ ਕੇ ਲੈ ਗਏ ਬੁਲਟ। ਤਾਂ ਜੇਕਰ ਤੁਸੀਂ ਵੀ ਕਿਸੇ ਪਾਸੇ ਆਪਣੀ ਬੁਲਟ ਜਾਂ ਮੋਟਰਸਾਈਕਲ ਲਗਾ ਕੇ ਇਸ ਲਈ ਚਲੇ ਜਾਂਦੇ ਹੋ ਕਿ ਉਸ 'ਤੇ ਲੋਕ ਲੱਗਿਆ ਹੋਇਆ ਹੈ, ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ। ਇਹਨਾਂ ਚੋਰਾਂ ਅੱਗੇ ਤਾਂ ਵੱਡੇ ਵੱਡੇ ਲੋਕ ਵੀ ਫੇਲ ਨੇ, ਤਾਂ ਇਹਨਾਂ ਦੇ ਵੱਲੋਂ ਬੁਲਟ ਮੋਟਰਸਾਈਕਲ ਦਾ ਲੋਕ ਤਾਂ ਹੱਥਾਂ ਦੇ ਨਾਲ ਹੀ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਬਾਈਕ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਤਾਂ ਪੂਰਾ ਮਾਮਲਾ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇਹਨਾਂ ਚੋਰਾਂ ਦੀ ਸਾਰੀ ਕਰਤੂਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ 3 ਚੋਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਚੋਰ ਇਸ ਬੁਲਟ ਦੇ ਨਜ਼ਦੀਕ ਆਉਂਦੇ ਨੇ। ਤਾਂ ਫਿਰ ਹੱਥਾਂ ਦੇ ਨਾਲ ਇਹਨਾਂ ਦੇ ਵੱਲੋਂ ਬੁਲਟ ਦਾ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ 3-4 ਕੋਸ਼ਿਸ਼ਾਂ ਤੋਂ ਬਾਅਦ ਇਹਨਾਂ ਦੇ ਵੱਲੋਂ ਇਸ ਬੁਲਟ ਦਾ ਲੋਕ ਤੋੜ ਦਿੱਤਾ ਗਿਆ। ਤਾਂ ਫਿਰ ਇਹਨਾਂ ਦਾ ਤੀਸਰਾ ਸਾਥੀ ਆਪਣੀ ਬਾਈਕ ਲੈ ਕੇ ਆਉਂਦਾ ਹੈ, ਜਿਸ ਤੋਂ ਬਾਅਦ 2 ਚੋਰ ਤਾਂ ਆਪਣੀ ਬਾਈਕ 'ਤੇ ਬੈਠ ਜਾਂਦੇ ਆ, ਜਦਕਿ ਤੀਸਰਾ ਬੁਲਟ 'ਤੇ ਬੈਠ ਜਾਂਦਾ। ਤਾਂ ਪਹਿਲਾਂ ਤਾਂ ਉਹ ਪੈਰਾਂ ਦੇ ਨਾਲ ਇਸ ਬੁਲਟ ਨੂੰ ਲੈ ਕੇ ਜਾਂਦਾ ਹੈ, ਅਤੇ ਫਿਰ ਦੂਸਰਾ ਚੋਰ ਹੈ ਜਿਹੜਾ ਕਿ ਦੂਸਰੀ ਬਾਈਕ 'ਤੇ ਬੈਠਾ ਹੁੰਦਾ, ਤਾਂ ਉਹ ਪੈਰ ਲਗਾ ਕੇ ਇਸ ਬੁਲਟ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ CCTV ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਜਿਵੇਂ ਹੀ ਬੁਲਟ ਸਵਾਰ ਸ਼ਖਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ, ਤਾਂ ਉਹਨਾਂ ਦੇ ਵੱਲੋਂ CCTV ਖੰਗਾਲੀ ਜਾਂਦੀ ਹੈ। ਤਾਂ ਫਿਰ ਉਹ ਵੇਖ ਕੇ ਹੈਰਾਨ ਰਹਿ ਜਾਂਦੇ ਨੇ। ਤਾਂ ਰਾਤ ਦੇ ਸਮੇਂ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।